ਵਰਲਡ ਫੇਮਸ ਸਟਾਰ ਨੇ ਕਾਂਕੇ ਜਿਹੜੇ ਅਕਲਮੰਦ ਤੇ ਚੰਗੇ ਨੇ ਨਾ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਕੀ ਹੋ ਰਿਹਾ ਸਵਾਗਤ ਕਰਦੇ ਨਵੇਂ ਦਿਨ ਤੇ ਨਵੇਂ ਵਲੋਗ ਦੇ ਵਿੱਚ ਤੇ ਅੱਜ ਆਪਾਂ ਇੱਥੇ ਮੁਕਤਸਰ ਸਾਹਿਬ ਖੜੇ ਆ ਤੇ ਜਾਣਾ ਹੈ ਹੁਣ ਆਪਾਂ ਪਿੰਡ ਖਾਰੇ ਤੇ ਅੰਕਲ ਜੀ ਆਪਾਂ ਨੂੰ ਜੌਂਗੇ ਤੇ ਲੈ ਕੇ ਜਾ ਰਹੇ ਸਾਈਕਲ ਆਪਣੇ ਟੰਗੇ ਗਏ ਆ ਦੋਵੇਂ ਹਾਥੀ ਇੱਥੇ ਆਏ ਸੀਗੇ ਰਾਤੀ ਹੁਣ ਇੱਦਾਂ ਹੀ ਆਪਾਂ ਆਪਣਾ ਸਫ਼ਰ ਜਿੱਥੋਂ ਆਪਣਾ ਵਾਪਸੀ ਕੀਤੀ ਸੀ ਉੱਥੇ ਹੀ ਆਪਾਂ ਸ਼ੁਰੂਆਤ ਹੁਣ ਕਰਾਂਗੇ ਅਤੇ ਆਹ ਵੀਰ ਕੀ ਨਾਮ ਦੱਸਿਆ ਸੀ ਵੀਰੇ ਨਵਦੀਪ ਸਿੰਘ ਨਵਦੀਪ ਸਿੰਘ ਵੀਰਾ ਅਤੇ ਨਾਲ ਭੈਣ ਜੀ ਆਏ ਸਪੈਸ਼ਲ ਆਪਣੇ ਘਰੋਂ ਡਿਊਟੀ ਤੋਂ ਆ ਕੇ ਇਹਨਾਂ ਨੇ ਆਰਾਮ ਵਗੈਰਾ ਨਹੀਂ ਕੀਤਾ ਨਾ ਪ੍ਰਸ਼ਾਦਾ ਪਾਣੀ ਛਕਿਆ ਅਤੇ ਇੱਧਰ ਆਪਾਂ ਨੂੰ ਮਿਲਣ ਆਏ ਬਹੁਤ ਬਹੁਤ ਮਿਹਰਬਾਨੀ ਵੀਰੇ ਤੁਸੀਂ ਸਪੈਸ਼ਲ ਆਏ ਤੁਹਾਡਾ ਵੀ ਭੈਣ ਜੀ ਬਹੁਤ ਬਹੁਤ ਮਿਹਰਬਾਨੀ ਅਤੇ ਆਹ ਸਾਡਾ ਸ਼ਰਾਰਤੀ ਜਿਹੜਾ ਡੋਗੂ ਹੈ ਕੋਕੋ ਇਹਨੂੰ ਲੈ ਜਾਓ ਤੁਸੀਂ ਸਾਨੂੰ ਨਹੀਂ ਚਾਹੀਦਾ ਇਹ ਮੈਂ ਕਿਹਾ ਤੂੰ ਚੈਟ ਕਰੀ ਜਾਂਦੀ ਤੂੰ ਨੰਬਰ ਲੈ ਕੇ ਗੱਲ ਕਰ ਲੈਂਦੇ ਆਪਾਂ ਅਤੇ ਬਹੁਤ ਬਹੁਤ ਮਿਹਰਬਾਨੀ ਵੀਰੇ ਤੁਹਾਡੇ ਦੋਵਾਂ ਦੀ ਅਤੇ ਆਪਾਂ ਜਾ ਰਹੇ ਹਾਂ ਹੁਣ ਪਿੰਡ ਖਾਰੇ ਮੁਕਤਸਰ ਸਾਹਿਬ ਤੋਂ ਫਿਰ ਅੱਗੇ ਨੂੰ ਜਾ ਰਹੇ ਹਾਂ ਹੁਣ ਆਹ ਆਪਣੇ ਸਾਈਕਲ ਲੱਦੇ ਹੋਏ ਆਪਾਂ ਸਕੂਨ ਹੈ ਜਰਨੀ ਸੋ ਆਪਾਂ ਪੁਰਾਣੇ ਟਿਕਾਣੇ 'ਤੇ ਆ ਗਏ ਹਾਂ ਗੁਰਦੁਆਰਾ ਸਾਹਿਬ ਪਿੰਡ ਖਾਰਾ ਕੋਟਕਪੂਰਾ ਇੱਥੇ ਆਪਾਂ ਅੱਜ ਰਵਾਂਗੇ ਕੱਲ੍ਹ ਨੂੰ ਆਪਾਂ ਜਾਵਾਂਗੇ ਠੀਕ ਹੈ ਜੀ ਬਜ਼ੁਰਗ ਬੈਠੇ ਇੱਥੇ ਮਿਲਦੇ ਹਾਂ ਗੱਲਬਾਤ ਕਰਦੇ ਜਾ ਕੇ ਸੋ ਹੋ ਗਈ ਹੈ ਨਵੀਂ ਸਵੇਰ ਕੱਲ੍ਹ ਤੁਹਾਨੂੰ ਪਤਾ ਆਪਾਂ ਉੱਥੇ ਛੋਟੇ ਹਾਥੀ ਦੇ ਸਾਈਕਲ ਲੱਦ ਕੇ ਵਾਪਸ ਇੱਥੇ ਆ ਗਏ ਸੀਗੇ ਸ਼ਾਮੀ ਅਤੇ ਰਾਤ ਆਪਾਂ ਰੁਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੇਮ ਅਤੇ ਹੁਣ ਇੱਥੋਂ ਆਪਾਂ ਅੱਗੇ ਹੁਣ ਚਲੇ ਜਾਣਾ ਆ ਅੱਗੇ ਕੋਟਕਪੂਰਾ ਇਹ ਪਿੰਡ ਖਾਰਾ ਇਸ ਤੋਂ ਬਾਅਦ ਆਪਾਂ ਚਲੇ ਜਾਣਾ ਅੱਗੇ ਇੱਥੇ ਆਪਾਂ ਰੁਕੇ ਸੀਗੇ ਠੰਡ ਹੈਗੀ ਜ਼ਿਆਦਾ ਜੈਂਗੋ ਆਪਣੇ ਤਿਆਰ ਨੇ ਜ਼ੋਰਾ ਜ਼ੋਰਾ ਮੇਰੇ ਵਾਲਾ
ਤੇਰਾ ਜ਼ਾਫਾ ਹੈ, ਜ਼ਾਫਾ ਦੇ ਆ ਰਹਾ, ਜ਼ਾਫਾ ਦੇ ਆ ਰਹਾ, ਜ਼ੋਰਾ ਅੰਦਰ ਆ। ਹਾਂ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਚੱਲੀਏ ਆਪਾਂ ਹੁਣ ਅੱਗੇ। ਸਫ਼ਰ ਆਪਣਾ ਚਾਲੂ ਹੋ ਗਿਆ। ਉਹ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਰਾਮਸਰ ਆਪਾਂ ਰੁਕੇ ਸੀਗੇ ਅਤੇ ਅੱਗੇ ਨੂੰ ਜਾਣਾ ਹੁਣ ਆਪਾਂ ਮੋਗੇ ਵੱਲ ਨੂੰ। ਠੰਡ ਬਹੁਤ ਹੋ ਗਈ ਹੈ, ਆ ਬਾਬੇ ਅੱਗ ਸੇਕਦੇ ਹੋਏ। ਧੁੰਦ ਤਾਂ ਇੰਨੀ ਜ਼ਿਆਦਾ ਖਾਸ ਹੈ ਨਹੀਂ ਗੀ, ਪਰ ਠੰਡ ਹੈਗੀ ਆ ਬਾਈ। ਤੈਨੂੰ ਕਦੋਂ ਦਾ ਉਡੀਕ ਕਰ ਰਿਹਾ, ਮੈਂ ਤਾਂ ਕਿੱਥੇ ਰਹਿ ਗਈ ਸੀ, ਕੋਲ ਆ ਗਈ ਸੀ ਯਾਰ। ਕਿਹਦੀ? ਮੇਰਾ ਦਿਲ ਵੀ ਕਰਦਾ ਵੀ ਮੁੜ ਕੇ ਉਹਨਾਂ ਸਾਰੇ ਕੋਲੇ ਚਲੇ ਜਾਣਾ ਜਿਹੜੇ ਫੋਨ ਕਰਦੇ ਆ, ਪਰ ਹੁਣ ਬੰਦਾ ਬਹੁਤ ਅੱਗੇ ਆਪਾਂ ਆ ਗਏ ਸੀਗੇ ਤੇ ਉਹ ਕਹਿ ਰਹੇ ਵੀ ਮੁਕਤਸਰ ਵਾਪਸ ਆਓ। ਮੈਂ ਕਿਹਾ ਮੁਕਤਸਰ ਵਾਲੇ ਕੱਢਣ ਨਹੀਂ ਦੇ ਰਹੇ ਸਾਨੂੰ, ਨਿਕਲਣ ਨਹੀਂ ਦੇ ਰਹੇ। ਮੈਂ ਅੰਕਲ ਆਪਾਂ ਕੱਲ੍ਹ ਮੁਕਤਸਰ ਸਾਹਿਬ ਸੀ ਜੀ, ਕੱਲ੍ਹ ਫੋਨ ਕਰ ਲੈਂਦੇ ਮਿਲ ਲੈਂਦੇ ਅਤੇ ਹੁਣ ਤਾਂ ਆਪਾਂ ਫਰੀਦਕੋਟ ਵੱਲ ਜਾ ਰਹੇ ਹਾਂ। ਚਲੋ ਕਹਿੰਦੇ ਵੀ ਮੇਰੇ ਧੀ ਜਵਾਈ ਕੋਟਕਪੁਰਾ 'ਚ ਨੇ ਅਤੇ ਤੁਸੀਂ ਉੱਥੇ ਰੁਕਣਾ ਆ। ਜਿੱਥੇ ਆਪਾਂ ਜਾਣਾ ਆ ਉਹ ਰਹਿ ਗਿਆ 5 ਕਿਲੋਮੀਟਰ ਦੂਰ, ਉੱਥੇ ਮੁਲਾਕਾਤ ਕਰਾਂਗੇ। ਧਿਆਨ ਨਾਲ ਤਾਂ ਸੜਕ ਦੇ ਉੱਤੇ ਵਲੋਗਿੰਗ ਕਰਨਾ ਬਹੁਤ ਔਖਾ ਯਾਰ। ਬਾਕੀ ਠੰਡ ਬਹੁਤ ਆ ਯਾਰ ਅੱਜ ਤੇ। ਕਾਕੇ ਨੇ ਕਾਫੀ ਠੰਡ ਪਵਾ ਦੀ ਹੈ। ਇੰਸਪੀਰੇਸ਼ਨ ਦੇ ਰਹੇ ਨੇ ਨਾ ਪੰਜਾਬ ਸਾਰਿਆਂ ਨੂੰ, ਕਾਂਕੇ ਰੋਟੀ ਬਣਾ ਲਈ ਉਹ ਇੰਸਪੀਰੇਸ਼ਨ ਹੈ। ਕਾਕਾ ਰੋਟੀ ਖਾ ਰਿਹਾ ਆ, ਪਤਾ ਕਿੱਡੀ ਤਕੜੀ ਇੰਸਪੀਰੇਸ਼ਨ, ਕਿਉਂਕਿ ਸਾਨੂੰ ਆਉਂਦੀ ਨਹੀਂ ਨਾ ਖਾਣੀ, ਪਰ ਆਪਾਂ ਹੁਣ ਮੈਂ ਤਾਂ ਖਾਣੀ ਉਹਨੂੰ ਦੇਖ ਕੇ ਸ਼ੁਰੂ ਕੀਤਾ। ਮੈਂ ਕਦੇ ਧੁੰਦ ਦੇਖੀ ਸੀਗੀ ਪਹਿਲਾਂ। ਕਾਂਕੇ ਚੀਜ਼ੀ ਲੈਣ ਲਈ ਕਾਂਕੇ, ਮੈਨੂੰ ਲੱਗਦਾ ਤੈਨੂੰ ਤੂੰ ਜ਼ਿਆਦਾ ਦੇਖਦੀ ਆ ਕਾਕੇ ਨੂੰ। ਅੱਛਾ ਫੇਮਸ ਇੰਨਾ ਮੂਹਰੇ ਆ ਜਾਂਦਾ ਜਿਹੜੇ ਅਕਲਮੰਦ ਤੇ ਚੰਗੇ ਨੇ ਨਾ, ਜਿਹੜੇ ਜਿਨ੍ਹਾਂ ਨੂੰ ਪਤਾ ਵੀ ਕੀ ਹੋ ਰਿਹਾ, ਉਹ ਤਾਂ ਆਪਣੇ ਆਪ ਹੀ ਆ ਰਹੇ ਨੇ, ਮਤਲਬ ਫੋਨ ਕਰਦੇ ਨੇ, ਐਪਰੀਸ਼ੀਏਟ ਕਰਦੇ ਆ। ਮੈਂ ਦਿੰਦਾ ਨਾ ਉਦੋਂ ਮੈਂ ਥੋੜਾ ਦਿਮਾਗ ਮੇਰਾ ਸੈੱਟ ਹੋ ਜਾਂਦਾ ਵੀ ਚੱਲ ਕੋਈ ਤਾਂ ਹੈ ਐਪਰੀਸ਼ੀਏਟ ਕਰਨ ਸੋਚ ਹੋ ਨਾ। 5% ਬੰਦੇ ਆ ਜਿਹੜੇ ਸਾਨੂੰ ਅਪਰੋਚ ਕਰ ਰਹੇ ਆ, ਹਾਂ ਪਿਆਰ ਦੇ ਰਹੇ ਨੇ, ਬਾਕੀ 95% ਉਹ ਇਸ ਟਾਈਮ ਮਸ਼ਰੂਫ ਆ ਹਿਮਾਨੀ ਤੇ ਮਯੰਕ ਦੇ ਬ੍ਰੇਕਅਪ ਸਟੋਰੀ ਸੁਣਨ ਨੂੰ, ਆ ਜਿਹੜੇ ਮਾੜੇ ਮੋਟੇ ਰਹਿ ਗਏ ਆ ਉਹ ਕਾਕੇ ਉਹਨਾਂ ਨੂੰ ਮੈਸੇਜ ਪਾ ਰਹੇ ਨੇ। ਇਹਨਾਂ 5% ਕਰਕੇ ਆਪਾਂ ਤੁਰੇ ਫਿਰਦੇ ਆ, ਇਹਨਾਂ 5% ਕਰਕੇ ਹੀ ਆਪਾਂ ਸਹੀ ਗੱਲ ਤੁਰੇ ਫਿਰਦੇ ਆ। ਨਹੀਂ ਮਤਲਬ ਪੰਜਾਬ ਯਾਰ ਕੁਛ ਨਹੀਂ ਬਣ ਸਕਦਾ, ਕਿਉਂ ਹੁਣ ਮੈਂ ਗੱਲ ਕਰਾਂ ਤਾਂ ਪੇਜਾਂ ਵਾਲਿਆਂ ਦੀ, ਮੈਂ ਗੱਲ ਨਹੀਂ ਕਰਨਾ ਚਾਹੁੰਦੀ ਇਹਨਾਂ ਨੂੰ, ਇਹ ਸਾਰਿਆਂ ਦੇ ਸਿਰੇ ਨੇ, ਕਿਉਂ ਉਹ ਤਾਂ ਜਿਹੜਾ ਗਲਤ ਆ ਉਹ ਵੀ ਮਾਨੀ ਉਹ ਆ, ਉਹਨਾਂ ਦੀ ਬੇਇੱਜ਼ਤੀ ਵੀ ਕਰੀ ਜਾਣਗੇ ਪੇਜਾਂ ਵਾਲੇ, ਵਿਆਹ ਵੀ ਕਰੀ ਜਾਂਦੇ, ਉਹਦਾ ਨਾਮ ਵਰਤੀ ਜਾਂਦੇ ਨਾਲੇ, ਆਹੋ ਨਾਮ ਵਰਤੀ ਜਾਂਦੇ ਨੇ।
ਨਾਲੇ ਉਹਨਾਂ ਦੀ ਬੇਇੱਜ਼ਤੀ ਕਰੀ ਜਾਂਦੇ ਆ। ਬੇਇੱਜ਼ਤੀ ਕਿਉਂ ਕਰ ਰਿਹਾ? ਕਿਉਂਕਿ ਉਹ ਗਲਤ ਕੰਮ ਕਰ ਰਿਹਾ, ਸਾਡਾ ਸਾਨੂੰ ਨਾ ਭਰਵਾਉਣ ਰਿਹਾ, ਸਾਨੂੰ ਨੀ। ਮੈਂ ਅੱਜ ਤੱਕ ਆਪਾਂ ਜਿੱਥੇ ਲਾਈਫ ਨਵੇਂ ਆ ਕੁੱਤੇ ਵੀਰੇ ਹੋਣੀ ਮਨ ਭਰ ਹੋਣਾ ਤਾਂ ਮੈਂ ਅੱਜ ਤੱਕ ਇੰਸਟਾਗ੍ਰਾਮ ਸਾਰੇ ਪੇਜ ਤੇ ਸਟੋਰੀ ਨੀ ਦੇਖੀ। 1.25 ਲੱਖ ਸਬਸਕ੍ਰਾਈਬਰ ਹੋ ਗਿਆ ਕੁੱਦੇ ਦਾ, ਉਹਨੂੰ ਨੀ ਕਿਸੇ ਨੇ ਅੱਜ ਤੱਕ ਪ੍ਰਮੋਟ ਕੀਤਾ ਯਾਰ। ਅਗਲਾ ਦੁਬਈ ਤੱਕ ਘੁੰਮ ਰਿਹਾ, ਉਹ ਸਾਈਕਲ ਦੀ ਮਾਰੀ ਹੋਈ ਸਾਈਕਲ, ਦੁੱਧ ਤੱਕ ਲੈਣ ਨੀ ਜਾਂਦਾ ਕੋਈ ਸਾਈਕਲ ਤੇ ਮੋਟਰਸਾਈਕਲ। ਤੁਸੀਂ ਯਾਰ ਉਹਨਾਂ ਹਲਮਾਨੀ ਦੇ ਉਹਨਾਂ ਦੇ ਟੂਏ 'ਚ ਬੜੇ ਹੋ, ਤੁਸੀਂ ਸਹੀ ਚੀਜ਼ਾਂ ਪ੍ਰਮੋਟ ਕਰ ਲਓ। ਮੈਂ ਆਪਣੇ ਆਪ ਨੂੰ ਨੀ ਕਹਿੰਦੀ ਕੁੱਦੇ ਦੀ ਸਟੋਰੀ ਪਾ ਦਿਓ, ਸਾਈਕਲ ਵਾਲੇ ਨੂੰ ਪ੍ਰਮੋਟ ਕਰ ਰਹੇ ਹੋ। ਚੱਲ ਮੇਰੀ ਬਾਹ ਬਹੁਤ ਜ਼ਿਆਦਾ ਥੱਕ ਗਈ ਆ ਹੁਣ, ਚੱਲ ਚੱਲੀਏ ਅੱਗੇ ਯਾਰ। ਕੀ ਦੇਖੀ ਜਾਂਦੀ ਹੈ? ਪੰਜਾਬ ਦੇ ਸਟਾਰ, ਸੌਰੀ ਵਰਲਡ ਫੇਮਸ ਸਟਾਰ ਨੇ ਕਾਂਕੇ ਕਾਂਕੇ ਵਾਲੀ। ਤੂੰ ਕਾਹਨੂੰ ਦੇਖ ਰਹੀ ਹੈ ਇਹਨਾਂ ਨੂੰ? ਇਹਨਾਂ ਦੇ ਵਿਊਜ਼ ਚੈੱਕ ਕਰ। ਤੂੰ ਵੀ ਫੈਨ ਆ ਇਹਨਾਂ ਦੀ? ਮੈਂ ਫੈਨ ਫੂਨ ਨਹੀਂ, 35,000 ਫੋਲੋਅਰਸ ਹੋ ਗਏ ਇਹਨਾਂ ਦੇ। ਇੰਨਾ ਪੰਜਾਬ ਨੇ ਇਹਨਾਂ ਨੂੰ ਪਿਆਰ ਦਿੱਤਾ ਵੀ ਇੰਨਾ ਸੋਹਣਾ ਕੰਮ ਕਰ ਰਹੇ ਨੇ। ਪੰਜਾਬ ਸਾਰਿਆਂ ਨੂੰ ਪਿਆਰ ਦਿੰਦਾ? ਹਾਂ, ਪੰਜਾਬ ਬਹੁਤ ਮਿਲੀਅਨਸ ਵਿਊ ਨੇ, ਪੰਜਾਬ ਵਾਲਿਆਂ ਨੇ ਜ਼ਿਆਦਾ ਪਿਆਰ ਦਿੱਤਾ ਇਹਨਾਂ ਨੂੰ, ਪੇਜਾਂ ਵਾਲਿਆਂ ਨੇ ਜ਼ਿਆਦਾ ਪਿਆਰ ਦਿੱਤਾ ਇਹਨਾਂ ਨੂੰ ਵੀ ਮਤਲਬ ਇੰਨਾ ਵਧੀਆ ਕੰਮ ਕਰ ਰਹੇ ਨੇ। ਕਾਕਾ ਚਾਹ ਪੀਣਾ ਸਿਖਾ ਰਿਹਾ, ਕਾਕਾ ਰਜਾਈ 'ਚ ਕਿਵੇਂ ਬੜੀ ਦਾ ਇਹ ਸਿਖਾ ਰਿਹਾ, ਕਾਕਾ ਗਜਰੇਲਾ ਖਾਣਾ ਕਿਵੇਂ ਆ ਉਹ ਸਿਖਾ ਰਿਹਾ, ਫਿਰ ਕਾਕਾ ਡਿਊਟੀ ਜਾ ਰਿਹਾ ਆ, ਕਾਕਾ ਕਿਵੇਂ ਹੱਗ ਰਿਹਾ ਆ, ਉਹ ਸਾਰਾ ਕੁਛ ਸਿਖਾ ਰਹੇ ਨੇ। ਹੱਗਣਾ ਵੀ ਸਿਖਾ ਰਿਹਾ। ਪੰਜਾਬ ਵਾਲੇ ਕਹਿੰਦੇ ਬੀਬੀ ਉਹ ਬਣਾਓ ਅਕਾਊਂਟ ਬਣਾਓ, ਸੋਰੀ ਬਲੌਗਾਂ ਵਾਲਾ ਅਕਾਊਂਟ ਬਣਾਓ, ਫੇਸ ਯੂਟਿਊਬ 'ਤੇ ਵੀ ਆਪਾਂ ਤੁਹਾਨੂੰ ਦੇਖਣਾ ਆ। ਦੱਸੋ ਇੰਨੀ ਡਿਮਾਂਡ ਆ ਇਹਨਾਂ ਦੀ, ਮੈਂ ਹੈਰਾਨ ਕੀ ਚੀਜ਼ਾਂ ਦੇਖ ਰਿਹਾ। ਫੋਨ ਰੁਕ ਰੁਕ ਕੇ ਚੱਕ ਰਹੀ ਹੈ ਵਾਰ ਵਾਰ। ਹੈ ਕਾਕੇ? ਚਲੋ ਕਾਕੇ, ਚਲੋ ਕਾਕਾ ਸਾਈਕਲ ਚਲਾਵਾਂ ਕਾਕਾ।